ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸ ਦੇ VC ਡਾਕਟਰ ਰਾਜ ਬਹਾਦਰ ਦੇ ਨਾਲ ਕੀਤੇ ਦੁਰਵਿਵਹਾਰ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਉੱਥੇ ਇਸ ਵਿਵਾਦ ਸੰਬੰਧੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੂੰ ਦਬਕਾ ਮਾਰਦੇ ਨਜ਼ਰ ਆ ਰਹੇ ਨੇ ਤੇ ਵਾਈਸ ਚਾਂਸਲਰ ਦੇ ਚਿਹਰੇ ਦੀਆਂ ਹਵਾਈਆਂ ਉੱਡੀਆਂ ਹੋਈਆਂ ਨੇ। ਸਰ, ਤੁਸੀਂ ਯੂਨੀਵਰਸਿਟੀ ਮੈਡੀਕਲ ਦੇ ਇਹ ਆਊਟ ਦੇ ਕੀ ਆ? ਸਰ, ਇੱਥੇ ਦੇਖੋ ਕੀ ਹੈ, ਇਹ ਅਸੀਂ ਉਹਦਾ ਕੀ ਸੁਨੇਹਾ ਦੇ ਰਹੇ, ਕੀ ਸੁਨੇਹਾ ਦੇ ਰਿਹਾ ਸੀ ਇੱਥੋਂ ਸੁਨੇਹਾ ਜਾਣਾ ਚਾਹੀਦਾ ਵੀ ਆਹ ਸਾਡੀ ਸਭ ਤੋਂ ਸ਼ਾਨਦਾਰ ਯੂਨੀਵਰਸਿਟੀ ਹੈ, ਇੱਥੇ ਅਸੀਂ ਆ ਦੇਖ ਲਓ ਕੀ ਹੈ। ਸਵਾਲ ਬਣਿਆ ਪਿਆ ਸਾਰਾ, ਲੈ ਦੱਸੋ ਪਹਿਲਾਂ ਮੰਤਰੀ ਦੇ ਗੇਟ ਦੇ ਉੱਪਰ ਕਿਹੜਾ ਬਾਰੇ ਸੀ? ਇੱਥੇ ਵਧੀਆ दस दिए कि पंजाब दे सेहत मंत्री चेतन सिंह जोड़ा माजरा ने शुक्रवार नूं बाबा फरीद मैडिकल यूनिवर्सिटी दे गुरु गोबिंद सिंह मैडिकल कॉलेज दा निरीक्षण कीता सी। इस दौरान चमड़ी वार्ड दे फटे अते गंदे गद्दे नूं देख के ओह गुस्से च आ गए, जिस तों बाद उन्हां मौके ते मौजूद बाबा फरीद यूनिवर्सिटी दे वाइस चांसलर डॉक्टर राज बहादुर दी जम के क्लास लगाई। उत्थे सेहत मंत्री दे इस व्यवहार तों परेशान वाइस चांसलर ने अस्तीफा दे दिता सी, लेकिन इह मामला इस हद तक पक्किआ कि CM भगवंत मान नूं मामले ਵਿਚਾਉਣਾ ਪਿਆ, ਪਰ ਫਿਲਹਾਲ ਦੂਜੀਆਂ ਸਿਆਸੀ ਧਿਰਾਂ ਦੇ ਵੱਲੋਂ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਵਿਰੋਧੀ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਇਸ ਵਿਵਹਾਰ ਦੀ ਨਿੰਦਾ ਕਰਦੇ ਹੋਏ ਅਸਤੀਫੇ ਦੀ ਮੰਗ ਕਰ ਰਹੇ ਨੇ। ਫਰੀਦਕੋਟ ਤੋਂ ਬਿਊਰੋ ਰਿਪੋਰਟ, NC7 ਨਿਊਜ਼।